ਹਾਸਿਆ ਵੀ ਕਿਤੇ ਕਾਫੀ ਉਹਦੇ ਵਿੱਚ ਫਿਲਮ ਦੇ ਸੀ ਤੁਸੀਂ ਦੱਸੋ ਭਾਈ ਕਿਹੜੀਆਂ ਅਸੀਂ ਕਿ ਫਿਲਮ ਅੱਜ ਲੱਗਣੀ ਆ ਤਾਂ ਆਪਾਂ ਹਾਂਜੀ ਪੂਰਾ ਚਾਹ ਇਹਨੇ ਟਾਈਮ ਨਾਲ ਆਣ ਕੇ ਬਿਠੇ ਆ ਤੇ ਐਨੀ ਹਾਊ ਮਿੱਠੀ ਪਾਓ ਕਿੱਦਾਂ ਦੀ ਲੱਗੀ ਫਿਲਮ ਫਨੀ ਸੀਗੀ ਤਾਂ ਪੈਸੇ ਪੂਰੇ ਕਰ ਦਿੱਤੇ ਫਿਲਮ ਹਾਂਜੀ ਹੋਰ ਦੋਸਤੋ ਅੱਜ ਕੱਲ ਪੰਜਾਬੀ ਸਿਨੇਮਾ ਚੱਲਦਾ ਹੈ ਪੰਜਾਬੀ ਫਿਲਮਾਂ ਦੇ ਨਾਲ ਜੇਕਰ ਪੰਜਾਬੀ ਫਿਲਮ ਕਿਸੇ ਸਿਨੇਮਾ ਹਾਲ ਦੇ ਵਿੱਚ ਰਿਲੀਜ਼ ਹੁੰਦੀ ਆ ਤਾਂ ਪੰਜਾਬ ਦੇ ਲੋਕ ਭੱਜ ਕੇ ਉਸ ਨੂੰ ਦੇਖਣ ਵਾਸਤੇ ਜਾਂਦੇ ਆ ਕਾਰਨ ਕਿ ਪੰਜਾਬੀ ਫਿਲਮ ਦੇ ਵਿੱਚ ਹਰ ਉਹ ਚੀਜ਼ ਮਿਲਦੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਚਾਹੀਦੀ ਹੋਈ ਆ ਤਾਂ ਹਾਸਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਸੇ ਵੀ ਪੰਜਾਬੀ ਫਿਲਮਾਂ ਵਿੱਚ ਖਾਸ ਨਜ਼ਰ ਆਉਂਦੇ ਨੇ ਤਾਂ ਜੇਕਰ ਕਿਸੇ ਮੈਸੇਜ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪੰਜਾਬੀ ਫਿਲਮਾਂ ਵਿੱਚ ਸਾਫ਼ ਨਜ਼ਰ ਆਉਂਦੇ ਨੇ ਜਿਹੜੀ ਫਿਲਮ ਇਸ ਵੇਲੇ ਲੱਗੀ ਹੋਈ ਹੈ ਐਨੀ ਹਾਓ ਮਿੱਟੀ ਪਾਓ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਫਿਲਮ ਨੂੰ ਦੇਖਣ ਵਾਸਤੇ ਪਹੁੰਚੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਇਹ ਜਿਹੜੀ ਫਿਲਮ ਹੈ ਕਿਸ ਤਰ੍ਹਾਂ ਦੀ ਲੱਗੀ ਹੈ ਕਿਸ ਤਰ੍ਹਾਂ ਕਿੰਨੇ ਨੰਬਰ ਦਿੰਦੇ ਜੇ ਤੁਸੀਂ ਇਸ ਫਿਲਮ ਨੂੰ ਤਾਂ ਅਸੀਂ ਇਹ ਗੱਲਬਾਤ ਜਿਹੜੇ ਲੋਕ ਸਿਨੇਮਾ ਹਾਲ ਦੇ ਵਿੱਚ ਇਸ ਫਿਲਮ ਨੂੰ ਦੇਖਣ ਆਏ ਆ ਅਸੀਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਫਿਲਹਾਲ ਕਿਤੇ ਨਾ ਕਿਤੇ ਇਹ ਫਿਲਮ ਜਿਹੜੀ ਹੈ ਖਾਸ ਮੈਸੇਜ ਜ਼ਰੂਰ ਦਿੰਦੀ ਹੈ ਤਾਂ ਮੈਸੇਜ ਕੀ ਦਿੱਤਾ ਅਸੀਂ ਲੋਕਾਂ ਕੋਲੋਂ ਜਾਣਦੇ ਹਾਂ ਗੱਲ ਕਰਦੇ ਹਾਂ ਫਿਲਮ ਵੇਖ ਕੇ ਜੀ ਐਨੀ ਹਾਓ ਮਿੱਟੀ ਪਾਓ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਭਾਜੀ ਪੈਸੇ ਪੂਰੀ ਹੋ ਗਏ ਹਾਂਜੀ ਭਾਜੀ ਸਾਰੇ ਹੋ ਗਏ ਕੀ ਖਾਸ ਮੈਸੇਜ ਦੇ ਰਿਹਾ ਹਾਸਿਆ ਕੇ ਲਈ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਕਿਹਾ ਵਾ ਵੀ ਮਤਲਬ ਇਹ ਦੱਸਿਆ ਵੀ ਸਾਰੇ ਪਿਆਰ ਨਾਲ ਰਹੋ ਪਿਆਰ ਨਾਲ ਹਾਂਜੀ ਹਾਸਿਆ ਵੀ ਕਿਤੇ ਕਾਫੀ ਉਹਦੇ ਵਿੱਚ ਫਿਲਮ ਦੇ ਹਾਂਜੀ ਹਾਂਜੀ ਤੁਸੀਂ ਦੱਸੋ ਭਾਜੀ ਕਿਸ ਤਰ੍ਹਾਂ ਬਹੁਤ ਵਧੀਆ ਹਾਂਜੀ ਪੈਸੇ ਪੂਰੇ ਕਰਤੇ ਪੂਰੇ ਪੂਰੇ ਹਾਂਜੀ ਪੂਰੀ ਵਧੀਆ ਚਾਹ ਸੀ ਕਿ ਫਿਲਮ ਅੱਜ ਲੱਗਣੀ ਆ ਤਾਂ ਆਪਾਂ ਹਾਂਜੀ ਪੂਰਾ ਚਾਹ ਇਹਨੇ ਟਾਈਮ ਨਾਲ ਆਣ ਕੇ ਬਿਠੇ ਆ ਰੇ ਹਾਂਜੀ ਬਹੁਤ ਵਧੀਆ ਵਧੀਆ ਲੱਗਿਆ ਆਜੋ ਵੀਰ ਜੀ ਕੀ ਨਾਮ ਵੀਰ ਜੀ ਆਪਣਾ ਪਰਮੀਤ ਜੀ ਜੀ ਕਿਹੜੀ ਫਿਲਮ ਵੇਖੀ ਆ ਐਨੀ ਹਾਓ ਮਿੱਟੀ ਪਾਓ ਕਿੱਦਾਂ ਦੀ ਲੱਗੀ ਫਿਲਮ ਫਸਟ ਹਾਫ ਥੋੜਾ ਨਾਰਮਲ ਜਿਹਾ ਹੀ ਪਰ ਐਂਡ 'ਚ ਬਹੁਤ ਵਧੀਆ ਸੀ ਹਾਂਜੀ ਬਹੁਤ ਹੱਸੇ ਜੀ ਹਾਂਜੀ ਤੁਸੀਂ ਦੱਸੋ ਕਿਹੜੀ ਫਿਲਮ ਹਾਂਜੀ ਐਨੀ ਹਾਓ ਮਿੱਟੀ ਪਾਓ ਕਿੱਦਾਂ ਦੀ ਲੱਗੀ ਫਿਲਮ ਫਨੀ ਸੀਗੀ ਵਧੀਆ ਸੀ ਹਾਂਜੀ ਬਹੁਤ ਤੁਸੀਂ ਦੱਸੋ ਭਾਜੀ ਬਹੁਤ ਵਧੀਆ ਭਾਜੀ ਫਿਲਮ ਵਧੀਆ ਵਾ ਹਾਂਜੀ ਕੀ ਖਾਸ ਲੱਗਾ ਫਿਲਮ ਦੇ ਵਿੱਚ ਖਾਸ ਹਾਸਾ ਮਜ਼ਾਕ ਹੀ ਹੈਗਾ ਹੋਰ ਤਾਂ ਕੁਝ ਨਹੀਂ ਹੈਗਾ ਸਮਝਾਂ ਦੇ ਨਾਲ ਗੱਲ ਬੰਦੀ ਸਾਰੀ ਹਾਂਜੀ ਤਾਂ ਪੈਸੇ ਪੂਰੇ ਕਰ ਦਿੱਤੇ ਫਿਲਮ ਹਾਂਜੀ ਹੋਰ ਤਾਂ ਬਿਲਕੁਲ ਇਹ ਫਿਲਮ ਐਨੀ ਹਾਓ ਮਿੱਟੀ ਪਾਓ ਕਿਹੜੀ ਫਿਲਮ ਐਨੀ ਹਾਓ ਇਟਸ ਗੁੱਡ ਇਟਸ ਗੁੱਡ ਵਧੀਆ ਲੱਗੀ ਵੈਸੇ ਤਾਂ ਹਾਂ ਬਹੁਤ ਵਧੀਆ ਲੱਗੀ ਹਾਂ ਤਾਂ ਬਿਲਕੁਲ ਫਿਲਮ ਵਾਕਿਆ ਹੀ ਜਿਹੜੀ ਵਧੀਆ ਹੁੰਦੀ ਹੈ ਤਾਂ ਉਹਨੂੰ ਵਧੀਆ ਕਹਿਣਾ ਬਣਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਫਿਲਮ ਰਿਲੀਜ਼ ਕੀਤੀ ਸੀ ਜਿਹੜੇ ਫਿਲਮ ਦੇ ਸਟਾਰਕਾਸਟ ਜਦੋਂ ਅੰਮ੍ਰਿਤਸਰ ਆਏ ਸੀ ਤਾਂ ਬੜੀ ਉਮੀਦ ਦੇ ਨਾਲ ਆਏ ਸੀ ਤਾਂ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਫਿਲਮ ਜਦੋਂ ਤੁਸੀਂ ਸਿਨੇਮਾ ਹਾਲ ਦੇ ਵਿੱਚ ਦੇਖਣ ਜਾਓਗੇ ਤਾਂ ਤੁਸੀਂ ਇਹੋ ਹੀ ਕਹੋਗੇ ਕਿ ਇਸ ਫਿਲਮ ਨੇ ਪੈਸੇ ਪੂਰੇ ਕਰ ਦਿੱਤੇ ਇਸ ਫਿਲਮ ਨੂੰ ਦੇਖ ਕੇ ਇੱਕ ਵਾਰ ਪਤਾ ਲੱਗ ਗਿਆ ਕਿ ਸਸੀ ਆਪਣਾ ਟਾਈਮ ਨਹੀਂ ਵੇਸਟ ਕੀਤਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ ਹਾਂਜੀ ਹਾਸਿਆ ਵੀ ਕਿਤੇ ਕਾਫੀ ਉਹਦੇ ਵਿੱਚ ਫਿਲਮ ਦੇ ਸੀ ਅਸੀਂ ਕਿ ਫਿਲਮ ਅੱਜ ਲੱਗਣੀ ਆ ਤਾਂ ਆਪਾਂ ਹਾਂਜੀ ਪੂਰਾ ਚਾਹ ਇਹਨੇ ਟਾਈਮ ਨਾਲ ਆਣ ਕੇ ਬਿਠੇ ਆ ਰੇ ਐਨੀ ਹਾਓ ਮਿੱਠੀ ਪਾਓ ਕਿੱਦਾਂ ਦੀ ਲੱਗੀ ਫਿਲਮ ਫਨੀ ਸੀਗੀ ਤਾਂ ਪੈਸੇ ਪੂਰੇ ਕਰ ਦਿੱਤੇ ਫਿਲਮ ਹਾਂਜੀ ਹੋਰ ਦੋਸਤੋ ਅੱਜ ਕੱਲ੍ਹ ਪੰਜਾਬੀ ਸਿਨੇਮਾ ਚੱਲਦਾ ਹੈ ਪੰਜਾਬੀ ਫਿਲਮਾਂ ਦੇ ਨਾਲ ਜੇਕਰ ਪੰਜਾਬੀ ਫਿਲਮ ਕਿਸੇ ਸਿਨੇਮਾ ਹਾਲ ਦੇ ਵਿੱਚ ਰਿਲੀਜ਼ ਹੁੰਦੀ ਆ ਤਾਂ ਪੰਜਾਬ ਦੇ ਲੋਕ ਭੱਜ ਕੇ ਉਸ ਨੂੰ ਦੇਖਣ ਵਾਸਤੇ ਜਾਂਦੇ ਆ ਕਾਰਨ ਕਿ ਪੰਜਾਬੀ ਫਿਲਮ ਦੇ ਵਿੱਚ ਹਰ ਉਹ ਚੀਜ਼ ਮਿਲਦੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਚਾਹੀਦੀ ਹੋਈ ਆ ਤਾਂ ਹਾਸਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਸੇ ਵੀ ਪੰਜਾਬੀ ਫਿਲਮਾਂ ਵਿੱਚ ਖਾਸ ਨਜ਼ਰ ਆਉਂਦੇ ਨੇ ਤਾਂ ਜੇਕਰ ਕਿਸੇ ਮੈਸੇਜ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪੰਜਾਬੀ ਫਿਲਮਾਂ ਵਿੱਚ ਸਾਫ਼ ਨਜ਼ਰ ਆਉਂਦੇ ਨੇ ਜਿਹੜੀ ਫਿਲਮ ਇਸ ਵੇਲੇ ਲੱਗੀ ਹੋਈ ਹੈ ਐਨੀ ਹਾਓ ਮਿੱਟੀ ਪਾਓ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਫਿਲਮ ਨੂੰ ਦੇਖਣ ਵਾਸਤੇ ਪਹੁੰਚੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਇਹ ਜਿਹੜੀ ਫਿਲਮ ਹੈ ਕਿਸ ਤਰ੍ਹਾਂ ਦੀ ਲੱਗੀ ਹੈ ਕਿਸ ਤਰ੍ਹਾਂ ਕਿੰਨੇ ਨੰਬਰ ਦਿੰਦੇ ਜੇ ਤੁਸੀਂ ਇਸ ਫਿਲਮ ਨੂੰ ਤਾਂ ਅਸੀਂ ਇਹ ਗੱਲਬਾਤ ਜਿਹੜੇ ਲੋਕ ਸਿਨੇਮਾ ਹਾਲ ਦੇ ਵਿੱਚ ਇਸ ਫਿਲਮ ਨੂੰ ਦੇਖਣ ਆਏ ਆ ਅਸੀਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਫਿਲਹਾਲ ਕਿਤੇ ਨਾ ਕਿਤੇ ਇਹ ਫਿਲਮ ਜਿਹੜੀ ਹੈ ਖਾਸ ਮੈਸੇਜ ਜ਼ਰੂਰ ਦਿੰਦੀ ਹੈ ਤਾਂ ਮੈਸੇਜ ਕੀ ਦਿੱਤਾ ਅਸੀਂ ਲੋਕਾਂ ਕੋਲੋਂ ਜਾਣਦੇ ਹਾਂ ਗੱਲ ਕਰਦੇ ਹਾਂ ਫਿਲਮ ਵੇਖ ਕੇ ਜੀ ਐਨੀ ਹਾਓ ਮਿੱਟੀ ਪਾਓ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਭਾਜੀ ਪੈਸੇ ਪੂਰੀ ਹੋ ਗਏ ਹਾਂਜੀ ਭਾਜੀ ਸਾਰੇ ਹੋ ਗਏ ਕੀ ਖਾਸ ਮੈਸੇਜ ਦੇ ਰਿਹਾ ਹਾਸਿਆ ਕੇ ਲਈ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਕਿਹਾ ਵਾ ਵੀ ਮਤਲਬ ਇਹ ਦੱਸਿਆ ਵੀ ਸਾਰੇ ਪਿਆਰ ਨਾਲ ਰਹੋ ਹਾਂਜੀ ਹਾਸਿਆ ਵੀ ਕਿਤੇ ਕਾਫੀ ਉਹਦੇ ਵਿੱਚ ਫਿਲਮ ਦੇ ਹਾਂਜੀ ਹਾਂਜੀ ਤੁਸੀਂ ਦੱਸੋ ਭਾਜੀ ਕਿਸ ਤਰ੍ਹਾਂ ਬਹੁਤ ਵਧੀਆ ਹਾਂਜੀ ਪੈਸੇ ਪੂਰੇ ਕਰਤੇ ਪੂਰੇ ਪੂਰੇ ਹਾਂਜੀ ਪੂਰੀ ਵਧੀਆ ਚਾਹ ਸੀ ਕਿ ਫਿਲਮ ਅੱਜ ਲੱਗਣੀ ਆ ਤਾਂ ਆਪਾਂ ਹਾਂਜੀ ਪੂਰਾ ਚਾਹ ਇਹਨੇ ਟਾਈਮ ਨਾਲ ਆਣ ਕੇ ਬਿਠੇ ਆ ਰੇ ਹਾਂਜੀ ਬਹੁਤ ਵਧੀਆ ਵਧੀਆ ਲੱਗਿਆ ਆਜੋ ਵੀਰ ਜੀ ਕੀ ਨਾਮ ਵੀਰ ਜੀ ਆਪਣਾ ਪਰਮੀਤ ਜੀ ਜੀ ਕਿਹੜੀ ਫਿਲਮ ਵੇਖੀ ਆ ਐਨੀ ਹਾਓ ਮਿੱਟੀ ਪਾਓ ਕਿੱਦਾਂ ਦੀ ਲੱਗੀ ਫਿਲਮ ਫਸਟ ਹਾਫ ਥੋੜਾ ਨਾਰਮਲ ਜਿਹਾ ਹੀ ਪਰ ਐਂਡ 'ਚ ਬਹੁਤ ਵਧੀਆ ਸੀ ਹਾਂਜੀ ਬਹੁਤ ਹੱਸੇ ਜੀ ਹਾਂਜੀ ਤੁਸੀਂ ਦੱਸੋ ਕਿਹੜੀ ਫਿਲਮ ਹਾਂਜੀ ਐਨੀ ਹਾਓ ਮਿੱਠੀ ਪਾਓ ਕਿੱਦਾਂ ਦੀ ਲੱਗੀ ਫਿਲਮ ਫਨੀ ਸੀਗੀ ਵਧੀਆ ਸੀ ਹਾਂਜੀ ਤੁਸੀਂ ਦੱਸੋ ਭਾਜੀ
ਬਹੁਤ ਵਧੀਆ ਭਾਜੀ ਫਿਲਮ ਵਧੀਆ ਹਾਂਜੀ ਕੀ ਕੀ ਖਾਸ ਲੱਗਾ ਫਿਲਮ ਦੇ ਵਿੱਚ ਖਾਸ ਹਾਸਾ ਮਜ਼ਾਕ ਹੀ ਹੈਗਾ ਹੋਰ ਤਾਂ ਕੁਛ ਨਹੀਂ ਹੈ ਮਜ਼ਾਕ ਦੇ ਨਾਲ ਗੱਲ ਬਣਦੀ ਸਾਰੀ ਹਾਂਜੀ ਤਾਂ ਪੈਸੇ ਪੂਰੇ ਕਰ ਦਿੱਤੇ ਫਿਲਮ ਨੇ ਹਾਂਜੀ ਕਹਿ ਸਕਦੇ ਹੋ ਹੋਰ ਤਾਂ ਬਿਲਕੁਲ ਇਹ ਫਿਲਮ ਐਨੀ ਹਾਓ ਮਿੱਟੀ ਪਾਓ ਕਿਹੜੀ ਫਿਲਮ ਐਨੀ ਹਾਓ ਇਟਸ ਗੁੱਡ ਇਟਸ ਗੁੱਡ ਵਧੀਆ ਲੱਗੀ ਵੈਸੇ ਤਾਂ ਹਾਂ ਬਹੁਤ ਵਧੀਆ ਲੱਗੀ ਹਾਂ ਤਾਂ ਬਿਲਕੁਲ ਫਿਲਮ ਵਾਕਿਆ ਹੀ ਜਿਹੜੀ ਵਧੀਆ ਹੁੰਦੀ ਹੈ ਤਾਂ ਉਹਨੂੰ ਵਧੀਆ ਕਹਿਣਾ ਬਣਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਫਿਲਮ ਰਿਲੀਜ਼ ਕੀਤੀ ਸੀ ਜਿਹੜੇ ਫਿਲਮ ਦੇ ਸਟਾਰ ਕਾਸਟ ਜਦੋਂ ਅੰਮ੍ਰਿਤਸਰ ਆਏ ਸੀ ਤਾਂ ਉਹ ਬੜੀ ਉਮੀਦ ਦੇ ਨਾਲ ਆਏ ਸੀ ਤਾਂ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਫਿਲਮ ਜਦੋਂ ਤੁਸੀਂ ਸਿਨੇਮਾ ਹਾਲ ਦੇ ਵਿੱਚ ਦੇਖਣ ਜਾਓਗੇ ਤਾਂ ਤੁਸੀਂ ਇਹੋ ਹੀ ਕਹੋਗੇ ਕਿ ਇਸ ਫਿਲਮ ਨੇ ਪੈਸੇ ਪੂਰੇ ਕਰ ਦਿੱਤੇ ਇਸ ਫਿਲਮ ਨੂੰ ਦੇਖ ਕੇ ਇੱਕ ਵਾਰ ਪਤਾ ਲੱਗ ਗਿਆ ਕਿ ਅਸੀਂ ਆਪਣਾ ਟਾਈਮ ਨਹੀਂ ਵੇਸਟ ਕੀਤਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ